ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਤੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਏਹੀ, ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਛੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸ਼ਿਆ, ਹਰ ਭੇਟਿਆ ਰਹੁ ਨਿਸੰਗ, ਰਹਾਉ ਮੁੰਦ ਇਆਣੀ ਮਨ ਮੁਖੀ, ਫਿਰ ਆਵਣ ਜਾਣਾ ਅੰਗ। ਹਰ ਪ੍ਰਭ ਚਿਤ ਨਾ ਆਇਓ, ਮਨ ਦੂਜਾ ਭਾਉ ਸਹਿਲੰਗ, ਹਮ ਮੈਲ ਭਰੇ ਦੋਹ ਚਾਰੀਆ, ਹਰ ਰੱਖੋ ਅੰਗੀ ਅੰਗ। ਗੁਰ ਅੰਮ੍ਰਿਤ ਸਰ ਨਵਲਾਇਆ, ਸਭ ਲਾਥੇ ਕਿਲ ਵੇਖ ਪੰਗ। ਹਰ ਦੀਨਾ ਦੀਨ ਦਇਆਲ ਪ੍ਰਭ, ਸਤ ਸੰਗਤ ਮਿਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਹਰ ਦੀਨਾ ਦੀਨ ਦਇਆਲ ਪ੍ਰਭ, ਸਤ ਸੰਗਤ ਮਿਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰਾਂ ਦਾ
ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਹਜ਼ੂਰ ਨੇ ਦਰਸ਼ਨ ਦਦਾਰ ਬਖਸ਼ ਕੇ ਆਪਾਂ ਨੂੰ ਸਭ ਨੂੰ ਗੁਰੂ ਦਰਬਾਰ ਤੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ, ਗਿਆਨ ਬਖਸ਼ਿਆ ਹੈ, ਪਿਆਰ ਦਿੱਤਾ ਹੈ ਅਤੇ ਇਹ ਸਾਡਾ ਜੀਵਨ ਸਫਲਾ ਹੋ ਸਕੇ। ਸਤਿਗੁਰੂ ਜੀ ਨੇ ਸੋਹਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਅੰਗ 731 ਦੇ ਉੱਤੇ ਅੰਕਿਤ ਹਨ। ਗਰੀਬ ਨਵਾਜ ਨੇ ਪਰਮਾਤਮਾ ਦੇ ਰੰਗ ਦੀ ਜੋ ਬਰਕਤ ਹੈ, ਗੁਰੂ ਦੇ ਬਖਸ਼ੇ ਹੋਏ ਨਾਮ ਦੀ ਜੋ ਵਡਿਆਈ ਹੈ, ਅਕਾਲ ਪੁਰਖ ਦੇ ਨਾਮ ਦਾ ਜੋ ਬਹੁਤ ਵੱਡਾ ਆਸਰਾ ਹੈ, ਪਰਮਾਤਮਾ ਦੇ ਨਾਮ ਦੇ ਅੰਦਰ ਜੋ ਹਿੰਮਤ ਹੈ, ਜੋ ਪਿਆਰ ਹੈ, ਇਹ ਪਾਵਨ ਹੁਕਮਨਾਮੇ ਵਿੱਚ ਬਖਸ਼ਿਸ਼ ਕੀਤੀ ਹੈ। ਰਹਾਉ ਦੀ ਪਾਵਨ ਪੰਕਤੀ ਜੋ ਸ਼ਬਦ ਦਾ ਮੁੱਖ ਭਾਵ ਪ੍ਰਗਟ ਕਰਦੀ ਹੈ, ਸੰਭਾਲ ਕੇ ਰੱਖਦੀ ਹੈ, ਬਾਕੀ ਸ਼ਬਦ ਵਿਸਤਾਰ ਦੇ ਨਾਲ ਸਾਨੂੰ ਸਮਝਾਉਂਦਾ ਹੈ। ਤੇ ਰਹਾਉ ਦੀ ਪੰਕਤੀ ਵਿੱਚ ਸਾਹਿਬ ਜੀ ਕਹਿ ਰਹੇ ਨੇ, ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਗੱਲ ਮਨ ਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਮਨ ਮੰਨ ਗਿਆ ਹੈ ਪਰਮਾਤਮਾ ਨਾਲ, ਮਨ ਮਾਨੈ ਲੋਭ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਤੇ ਮਨ ਮੰਨ ਗਿਆ, ਮਨ ਨੂੰ ਜਿੱਤ ਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਨ ਜੀਤੈ ਜਗ ਜੀਤ। ਇਹ ਬੜੀ ਵੱਡੀ ਪਾਵਰ ਪਰਮਾਤਮਾ ਨੇ ਮਨੁੱਖ ਦੇ ਮਨ ਨੂੰ ਦਿੱਤੀ ਹੈ। ਮਨ ਚੰਗੇ ਪਾਸੇ ਲਾ ਲਈਏ, ਬਾਜੀ ਜਿੱਤ ਲੈਂਦੇ ਹਾਂ ਜ਼ਿੰਦਗੀ ਦੀ, ਜਿੱਤ ਜਾਵਾਂਗੇ। ਮਨ ਮਾੜੇ ਪਾਸੇ ਲਾ ਲਿਆ, ਜ਼ਿੰਦਗੀ ਹਾਰ ਕੇ ਜਾਵਾਂਗੇ। ਚੱਲੇ ਜੁਆਰੀ ਦੋਵੇਂ ਹੱਥ ਚਾਰ। ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਹੁਲਾਰਾ ਦੇ ਰਹੇ ਨੇ, ਜਗਾ ਰਹੇ ਨੇ ਕਿ ਆਪਣੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗ ਲਈਏ, ਜੋੜ ਲਈਏ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸ਼ਿਆ, ਹਰ ਪੇਟਿਆ ਰਾਉ ਨਿਸੰਗ। ਗੁਰੂ ਦਰ ਤੇ ਆਏ ਦਰਵੇਸ਼ ਨੂੰ, ਸੇਵਕ ਨੂੰ, ਅਭਿਆਸੀ ਨੂੰ, ਸਿੱਖ ਨੂੰ ਬੜੀ ਵੱਡੀ ਬਖਸ਼ਿਸ਼ ਕਰਦੇ ਨੇ। ਸਤਿਗੁਰ ਸਿੱਖ ਕਉ ਸਦਾ ਦਇਆਲ, ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕਉ ਰਾਖ ਲਿਆ। ਕੋਈ ਦਰਵੇਸ਼ ਬਣ ਕੇ, ਕੋਈ ਇੱਕ ਸਿੱਖ ਬਣ ਕੇ, ਕੋਈ ਸੇਵਕ ਬਣ ਕੇ ਗੁਰੂ ਦੇ ਦਰ ਦੇ ਉੱਤੇ ਆਵੇ ਤੇ ਗੁਰੂ ਉਹਦੀ ਝੋਲੀ ਨਾਮਦਾਨ ਨਾਲ ਭਰ ਦਿੰਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰ ਦਿੰਦੇ ਨੇ, ਮੇਰੇ ਹੀ ਰਹਿ ਰਤਨ ਨਾਮ ਹਰ ਬੱਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਗੁਰੂ ਮੱਥੇ ਤੇ ਹੱਥ ਰੱਖਦਾ ਹੈ, ਸਿਰ ਦੇ ਉੱਤੇ ਹੱਥ ਰੱਖਦਾ ਹੈ। ਗੁਰੂ ਜਾਣ ਲੱਗਿਆਂ ਸਿੱਖ ਦੀ ਪਿੱਠ ਦੇ ਉੱਤੇ ਥਾਪੜਾ ਦਿੰਦਾ ਹੈ, ਗੁਰ ਥਾਪੀ ਦਿੱਤੀ ਕੰਡ ਜੀਓ।
ਆ ਬਜ਼ੁਰਗ ਵਾਂਗ ਪਹਿਲਾਂ ਸਾਡੇ ਘਰਾਂ ਦੇ ਟ੍ਰੈਂਡ ਸਨ, ਮਾਨ ਮਰਿਆਦਾ ਸੀ। ਬੱਚਿਆਂ ਨੇ ਕਿਤੇ ਜਾਣਾ, ਬਜ਼ੁਰਗਾਂ ਦੇ ਪੈਰੀ ਹੱਥ ਲਾ ਕੇ ਜਾਣਾ ਅਤੇ ਉਹਨਾਂ ਬਜ਼ੁਰਗਾਂ ਦੇ ਉਹਨਾਂ ਦੀ ਪਿੱਠ ਦੇ ਉੱਤੇ ਹੱਥ ਰੱਖਣਾ, ਥਾਪੜਾ ਮਾਰਨਾ, ਜਾਓ ਗੁਰੂ ਭਲਾ ਕਰੇ, ਗੁਰੂ ਕਾਮਯਾਬੀ ਬਖਸ਼ਿਸ਼ ਕਰੇ, ਗੁਰੂ ਤੇਰੇ 'ਤੇ ਮਿਹਰ ਕਰੇ, ਗੁਰੂ ਅੰਗ ਸੰਗ ਰਹੇ। ਇਹ ਕਲਚਰ, ਇਹ ਸੱਭਿਆਚਾਰ, ਇਹ ਮਾਨ ਮਰਿਆਦਾ ਸਾਡੇ ਘਰਾਂ ਵਿੱਚੋਂ ਨਿਕਲ ਗਈ ਹੈ। ਗੁਰੂ ਕਿਰਪਾ ਕਰੇ ਫਿਰ ਆਵੇ, ਕੋਸ਼ਿਸ਼ ਆਪਾਂ ਵੀ ਕਰੀਏ ਜਿਹੜੇ ਘਰ ਦੇ ਵਿੱਚ ਆਪਣੇ ਬਜ਼ੁਰਗਵਾਨ ਐਲਡਰਸ ਨੇ ਉਹਨਾਂ ਨੂੰ ਇਸ ਤਰ੍ਹਾਂ ਮਿਲ ਕੇ ਜਾਣਾ ਚਾਹੀਦਾ ਹੈ। ਮੈਂ ਚੱਲਿਆ ਕੰਮ 'ਤੇ ਅਤੇ ਗੁਰੂ ਦੀ ਬਖਸ਼ਿਸ਼ ਮਿਲ ਜਾਂਦੀ ਹੈ, ਵੱਡਿਆਂ ਦੀ ਅਸੀਸ ਮਿਲਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਇਹ ਬਖਸ਼ਿਸ਼ ਕਰਦਾ ਹੈ, ਗੁਰਥਾਪੀ ਦਿੱਤੀ ਕੰਡ ਜੀਓ। ਅਤੇ ਪਰਮਾਤਮਾ ਦਾ ਨਾਮ ਫਿਰ ਐਸਾ ਹੈ, ਇੱਕ ਪੱਕਾ ਰੰਗ ਹੈ ਜਿਹੜਾ ਕਦੇ ਉਤਰਦਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਮਨਾ, ਜੇ ਤੂੰ ਪਰਮਾਤਮਾ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਵੇਂਗਾ, ਗੁਰੂ ਦੇ ਪਿਆਰ ਦੇ ਵਿੱਚ ਰੰਗ ਲਵੇਂਗਾ, ਗੁਰੂ ਦੀ ਬਖਸ਼ਿਸ਼ ਤੇਰੇ ਸਿਰ ਉੱਤੇ ਰਹੇਗੀ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਦ ਲਾਰਡਸ ਨੇਮ ਇਜ ਦਾ ਲਵ ਆਫ ਲਾਰਡ, ਦ ਗੁਰੂਜ ਨੇਮ ਇਜ ਦਾ ਲਵ ਆਫ ਗੁਰੂ ਸਾਹਿਬ, ਐਂਡ ਗੁਰੂਜ ਲਵ ਇਜ ਦਾ ਪਰਮਾਨੈਂਟ ਕਲਰ। ਗੁਰੂ ਦਾ ਪਿਆਰ ਇੱਕ ਉਹ ਪੱਕਾ ਰੰਗ ਹੈ, ਪਰਮਾਨੈਂਟ ਕਲਰ ਹੈ, ਜਿਹਨੂੰ ਗੁਰਬਾਣੀ ਵਿੱਚ ਮਜੀਠ ਦਾ ਰੰਗ ਆਖਿਆ, ਪੱਕਾ ਨਹੀਂ ਉਤਰਦਾ ਕਦੇ। ਔਰ ਸਾਡੇ ਕੱਪੜਿਆਂ ਦੇ ਰੰਗ ਵੀ ਉਤਰ ਜਾਂਦੇ ਨੇ, ਸਾਡੇ ਚਿਹਰਿਆਂ ਦੇ ਰੰਗ ਵੀ ਉਤਰ ਜਾਂਦੇ ਨੇ ਸੁੱਖ ਦੁੱਖ ਵਿੱਚ, ਵਾਧੇ ਘਾਟੇ ਦੇ ਵਿੱਚ। ਪਰ ਜੇ ਗੁਰੂ ਦਾ ਅੰਦਰ ਨਾਮ ਹੈ, ਨਾਮ ਦਾ ਰੰਗ ਹੈ, ਇਹ ਸਦਾ ਹੀ ਪੱਕਾ ਰੰਗ ਹੈ, ਪਰਮਾਨੈਂਟ ਕਲਰ ਹੈ। ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਵੈਨ ਦ ਗੁਰੂ ਇਜ਼ ਟੋਟਲੀ ਸੈਟਿਸਫਾਈਡ ਐਂਡ ਪਲੀਜ਼ਡ। ਹੁਣ ਗੁਰੂ ਟੋਟਲੀ ਸੈਟਿਸਫਾਈਡ ਅਤੇ ਪਲੀਜ਼ਡ ਤਾਂ ਹੁੰਦਾ ਹੈ, ਪ੍ਰਸੰਨ ਤਾਂ ਹੁੰਦਾ ਹੈ ਜੀ ਅਸੀਂ ਗੁਰੂ ਨੂੰ ਆਪਾਂ ਭੇਟ ਕਰ ਦਈਏ। ਅੰਮ੍ਰਿਤ ਛਕਣ ਦੀ ਫਿਲਾਸਫੀ ਹੈ। ਪੰਜ ਪਿਆਰੇ ਸਿੰਘ ਸਾਹਿਬਾਨ ਜਦੋਂ ਅਭਿਲਾਸ਼ੀ ਜਾਂਦਾ ਹੈ ਤੇ ਉਹਨੂੰ ਪੁੱਛਦੇ ਨੇ ਬਈ ਤੂੰ ਆਪਣੀ ਮਰਜ਼ੀ ਨਾਲ ਛੱਕ ਰਿਹਾ ਹੈ ਜਾਂ ਕਿਸੇ ਦੇ ਅੰਡਰ ਪ੍ਰੈਸ਼ਰ ਜਾਂ ਕਿਸੇ ਨੂੰ ਖੁਸ਼ ਕਰਨ ਵਾਸਤੇ। ਅਭਿਲਾਸ਼ੀ ਆਪਣੇ ਦਿਲ ਦੀ ਆਵਾਜ਼ ਦੱਸਦਾ ਹੈ ਕਿ ਮੈਂ ਆਪਣੇ ਮਨ ਦੇ ਨਾਲ ਆਪਣੀ ਖੁਸ਼ੀ ਨਾਲ ਛੱਕ ਰਿਹਾ। ਫਿਰ ਕੁਝ ਬਚਨ ਕੀਤੇ ਜਾਂਦੇ ਨੇ, ਕਿਹਾ ਜਾਂਦਾ ਹੈ ਰਹਿਤ ਰੱਖੋਗੇ। ਅਭਿਲਾਸ਼ੀ ਕਹਿੰਦਾ ਜੀ ਮਹਾਰਾਜ ਰੱਖਾਂਗੇ, ਕੋਸ਼ਿਸ਼ ਕਰਾਂਗੇ, ਰੱਖਾਂਗੇ, ਕੁਰਹਿਤ ਤੇ ਨਹੀਂ ਕਰੋਗੇ? ਜਵਾਬ ਹੁੰਦਾ ਨਹੀਂ ਕਰਾਂਗੇ। ਬਾਣੀ ਪੜੋਗੇ? ਜੀ ਪੜਾਂਗੇ। ਇਸ ਤਰ੍ਹਾਂ ਕੁਝ ਬਚਨ ਬਿਲਾਸ ਹੁੰਦੇ ਨੇ ਜਥੇਦਾਰ ਸਾਹਿਬ ਨਾਲ, ਜੋ ਅਭਿਲਾਸ਼ੀ ਦੇ ਨਾਲ ਇਹ ਬਚਨ ਕਰਦਾ ਹੈ। ਫਿਰ ਅਖੀਰ ਵਿੱਚ ਇੱਕ ਬਚਨ ਕਿਹਾ ਜਾਂਦਾ ਹੈ ਪੰਜ ਪਿਆਰੇ ਸਾਹਿਬਾਨ, ਕਿ ਜੇ ਪੰਥ ਨੂੰ ਸਿਰ ਦੀ ਲੋੜ ਪਵੇ ਤੇ ਸਿਰ ਦੇਵੋਗੇ। ਦੇਖੋ ਕੈਸਾ ਪ੍ਰਾਮਿਸ ਹੈ, ਕੈਸੀ ਪਿਆਰ ਦੀ ਇਹ ਖੇਡ ਹੈ। ਪੰਥ ਨੂੰ, ਜੇ ਧਰਮ ਨੂੰ, ਜੇ ਮਾਨਵਤਾ ਨੂੰ ਤੁਹਾਡੇ ਸਿਰ ਦੀ ਲੋੜ ਪਵੇ ਤੇ ਸਿਰ ਦੇਵੋਗੇ। ਅੰਮ੍ਰਿਤ ਛਕਣ ਵਾਲਾ ਅਭਿਲਾਸ਼ੀ ਕਹਿੰਦਾ ਹੈ ਮੇਰਾ ਸਿਰ ਪੰਥ ਦੇ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤੇ ਇਹੀ ਬਚਨ ਕਿਹਾ ਸੀ ਨਾ, ਜਦੋਂ ਪੰਜ ਪਿਆਰਿਆਂ ਨੇ ਕਿਹਾ ਸੀ ਮਹਾਰਾਜ ਅਸੀਂ ਸਿਰ ਦੇ ਕੇ ਸੀਸ ਪੇਟ ਕਰਕੇ ਅੰਮ੍ਰਿਤ ਲਿਆ ਹੈ, ਤੁਸੀਂ ਕੀ ਦਿਓਗੇ?
ਤੇ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਸਿਰ ਵੀ ਤੁਹਾਡੇ ਹਾਜ਼ਰ ਹੈ, ਸਿਰ ਝੁਕਾ ਦਿੱਤਾ। ਬਚਨ ਹੁੰਦਾ ਹੈ ਇੱਕ ਸਿੱਖ ਵੀ ਇੱਕ ਸਿਰ ਭੇਟਾ ਕਰੇ ਤੇ ਗੁਰੂ ਵੀ ਇੱਕ ਸਿਰ ਭੇਟਾ ਕਰੇ, ਫਰਕ ਕੀ ਰਹਿ ਗਿਆ? ਕੈਸੀ ਖੇਡ ਹੋਵੇਗੀ ਉਸ ਵਕਤ ਜਦੋਂ ਪੰਜ ਪਿਆਰਿਆਂ ਨੇ ਇਹ ਬਚਨ ਗੁਰੂ ਸਾਹਿਬ ਨਾਲ ਕੀਤੇ ਨੇ। ਇੱਕ ਸਿੱਖ ਵੀ ਇੱਕ ਸਿਰ ਭੇਟਾ ਕਰੇ ਔਰ ਗੁਰੂ ਵੀ ਇੱਕ ਸਿਰ ਭੇਟਾ ਕਰੇ। ਸਤਿਗੁਰੂ ਕਹਿਣ ਲੱਗੇ ਮੈਂ ਆਪਣੇ ਪਰਿਵਾਰ ਦੇ, ਆਪਣੇ ਸਰਬੰਸ ਦੇ ਸੀਸ ਪੰਥ ਦੇ ਭੇਟਾ ਕਰ ਦਿਆਂਗਾ, ਮੈਨੂੰ ਅੰਮ੍ਰਿਤ ਦਾ ਬਾਟਾ, ਇਹ ਅੰਮ੍ਰਿਤ ਦੀ ਦਾਤ ਮੈਨੂੰ ਬਖਸ਼ੋ। ਇਉਂ ਹੱਥ ਅੱਡ ਕੇ ਮੰਗਿਆ, ਅੰਮ੍ਰਿਤ ਇਉਂ ਮੰਗਿਆ ਹੈ ਔਰ ਕਿਹਾ ਮੈਂ ਆਪਣੇ ਪਰਿਵਾਰ ਦੇ ਵੀ ਸੀਸ ਭੇਟਾ ਕਰ ਦੇਵਾਂਗਾ। ਖੈਰ ਇਤਿਹਾਸ ਹੈ, ਇਹ ਪਿਆਰ ਹੈ। ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪਰਮਾਤਮਾ ਦੇ ਨਾਮ ਦਾ ਰੰਗ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਜਾਂ ਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ, ਅੰਮ੍ਰਿਤ ਦਾ ਰੰਗ ਲੱਗ ਜਾਂਦਾ ਹੈ, ਸੂਰਮਾ ਬਣ ਹੋ ਉੱਠਦਾ ਹੈ। ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਭਾਈ ਤਾਰੂ ਸਿੰਘ ਜੀ ਵਰਗੇ, ਸ਼ਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਜੀ ਵਰਗੇ, ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਵਰਗੇ, ਤੇ ਅੱਜ ਅਣਗਿਣਤ ਉਹ ਗੁਰੂ ਕੇ ਲਾਲ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗਿਆ, ਨਹੀਂ ਡੋਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੋਏ ਵੈਸ਼ਿਆਨਾ ਹਮਲੇ ਦੇ ਇਹ ਦਿਨ ਨੇ। ਜਿੱਦਾਂ ਜਿੱਦਾਂ ਵੀ ਗੁਰੂ ਕੇ ਲਾਲਾਂ ਨੇ ਆਪਣੇ ਗੁਰੂ ਦੀ ਪਾਵਨ ਪਵਿੱਤਰਤਾ ਦੇ ਵਾਸਤੇ ਹੋ ਸਕਿਆ ਉਹ ਕੀਤਾ, ਕੁਰਬਾਨ ਹੋਏ ਨੇ। ਪੱਕਾ ਰੰਗ ਸੀ, ਨਹੀਂ ਡਰੇ ਮੌਤ ਤੋਂ, ਨਹੀਂ ਡਰੇ ਗੋਲੀਆਂ ਤੋਂ, ਨਹੀਂ ਡਰੇ ਆਪਣੇ ਜੀਵਨ ਤੋਂ, ਦੁਸ਼ਮਣ ਤੋਂ, ਨਹੀਂ। ਅਬ ਤੋਂ ਜਰੈ ਮਰੇ ਸਿੱਧ ਪਾਈਐ, ਲੀਨੋ ਹਾਥ ਸਿੰਧੋਰਾ। ਤੇ ਕਦੀ ਇਹ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਵੀ ਉਹ ਕੈਸਾ ਸਮਾਂ ਹੋਏਗਾ ਜਦੋਂ ਦੋ ਪ੍ਰਸ਼ਾਦੇ ਕਿੰਨੇ ਸਿੰਘਾਂ ਦੇ ਅੱਗੇ ਸੁੱਟੇ ਸਨ, ਇਹ ਭੁੱਖ ਦੇ ਵਿੱਚ ਵੀ ਨਹੀਂ ਰੰਗ ਉਤਰਦਾ। ਬਜ਼ੁਰਗਾਂ ਨੇ ਬੱਚੇ ਨੂੰ ਦਿੱਤਾ, ਬੇਟਾ ਤੂੰ ਖਾ ਲੈ, ਕਿਉਂਕਿ ਬਜ਼ੁਰਗ ਬੱਚੇ ਨੂੰ ਭੁੱਖਾ ਨਹੀਂ ਵੇਖ ਸਕਦੇ। ਬੱਚਾ ਕਹਿੰਦਾ ਨਹੀਂ ਬਜ਼ੁਰਗ, ਮੇਰੀ ਅਜੇ ਠੀਕ ਹੈ, ਤੁਸੀਂ ਖਾ ਲਓ, ਤੁਸੀਂ ਛਕੋ, ਤੁਸੀਂ ਵਡੇਰੇ ਹੋ ਸਰੀਰ ਦੇ। ਕੈਸਾ ਪਿਆਰ ਹੈ, ਨਾਮ ਦਾ ਰੰਗ ਹੈ। ਮੀਰ ਮਨੂ ਦੀ ਜੇਲ੍ਹ ਦੇ ਵਿੱਚ ਫਿਰ ਕੈਸਾ ਨਾਮ ਦਾ ਰੰਗ ਸੀ, ਕੈਸਾ ਸਿੱਖੀ ਦਾ ਰੰਗ ਸੀ, ਕੈਸੀ ਅੰਮ੍ਰਿਤ ਦੀ ਬਖਸ਼ਿਸ਼ ਸੀ। ਬੱਚਿਆਂ ਨੂੰ ਮਾਵਾਂ ਦੇ ਸਾਹਮਣੇ ਕੋਹ ਕੋਹ ਕੇ ਟੁਕੜੇ ਟੁਕੜੇ ਕੀਤਾ ਜ਼ਾਲਮਾਂ ਨੇ, ਉੱਥੇ ਦੱਸ ਵੀ ਨਹੀਂ ਹੁੰਦਾ ਜੋ ਇਤਿਹਾਸ ਹੈ। ਦੋਨਾਂ ਲੱਤਾਂ ਤੋਂ ਪਕੜ ਕੇ ਬੱਚੇ ਨੂੰ ਪੜ ਦੇਣਾ ਮਾਂ ਦੇ ਸਾਹਮਣੇ, ਪਰ ਅੰਦਰ ਨਾਮ ਦਾ ਰੰਗ, ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਸਬਰ ਹੈ, ਸੰਤੋਖ ਹੈ, ਧੀਰਜ ਹੈ, ਹਿੰਮਤ ਹੈ, ਪਰ ਗੱਲ ਇੱਥੇ ਸੀ ਸਿੱਖੀ ਨੂੰ ਧੱਬਾ ਨਾ ਲੱਗੇ, ਸਾਡੇ ਗੁਰਧਾਮਾਂ ਨੂੰ ਧੱਬਾ ਨਾ ਲੱਗੇ। ਕੋਈ ਦੁਸ਼ਮਣ ਅਸੀਂ ਖਤਮ ਹੋ ਜਾਈਏ ਫਿਰ ਗੁਰੂ ਜਾਣੇਗਾ, ਪਰ ਕੁਰਬਾਨ ਹੋਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਨਾਮ ਦੇ ਰੰਗ ਵਿੱਚ, ਅੰਮ੍ਰਿਤ ਦੇ ਬਾਟੇ ਦੇ ਵਿੱਚ ਇਹ ਦਾਤਾਂ ਪਾਈਆਂ ਨੇ। ਤਾਂ ਹੀ ਤੇ ਸੰਤ ਸਿਪਾਹੀ ਕਿਹਾ ਜਾਂਦਾ ਨਾ ਅੰਮ੍ਰਿਤ ਛਕਣ ਵਾਲੇ ਨੂੰ, ਸੰਤ ਸਿਪਾਹੀ, ਸੇਂਟ ਐਂਡ ਸੋਲਜਰ। ਇਹ ਸੰਤ ਵੀ ਹੈ,
ਇਹ ਸਿਪਾਹੀ ਵੀ ਹੈ, ਇਹ ਪਹਿਰੇਦਾਰ ਵੀ ਹੈ, ਇਹ ਸੇਵਾਦਾਰ ਵੀ ਹੈ। ਤੇ ਅੱਜ ਪੰਥ ਜਿੱਥੇ ਜਿੱਥੇ ਵੀ ਬੈਠਿਆ ਹੈ, ਉਸ ਵਕਤ ਦੇ ਹਾਲਾਤਾਂ ਨੂੰ ਜਿਵੇਂ ਨਜਿੱਠਿਆ, ਮੈਟਰ ਬਹੁਤ ਲੰਬਾ ਚੌੜਾ ਹੈ। ਬਹੁਤ ਸਾਰੇ ਸਿੱਖਾਂ ਨੇ ਇਸ ਹਾਲਾਤ ਨੂੰ ਨਜ਼ਦੀਕ ਹੋ ਕੇ ਵੇਖਿਆ ਹੈ। ਜੋ ਵੀ ਹੋਇਆ, ਸੰਤ ਜਰਨੈਲ ਸਿੰਘ ਜੀ ਖਾਲਸਾ, ਜਨਰਲ ਸ਼ਬੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ਬੇਕ ਸਿੰਘ ਜੀ ਦੀ ਬੇਟੀ ਔਰ ਇਹਨਾਂ ਦੇ ਨਾਲ ਅਣਗਿਣਤ ਨੌਜਵਾਨ ਸਿੱਖ ਯੋਧੇ, ਬੱਚੇ ਬੱਚੀਆਂ, ਬਜ਼ੁਰਗਵਾਨ, ਜਿੱਥੇ ਅਤ ਹੀ ਰਣ ਮੈਂ ਤਬ ਜੂਝ ਮਰੋਂ ਦੇ ਬਿਰਧ ਬਾਣੀ ਨੂੰ ਸੰਭਾਲ ਕੇ ਰੱਖਿਆ, ਨਿਭਾਇਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਉੱਥੇ ਨਾਲ ਉਹਨਾਂ ਨੇ ਆਉਣ ਵਾਲੀ ਕੌਮ ਵਾਸਤੇ ਵੀ ਬੜੇ ਸੰਦੇਸ਼ ਦਿੱਤੇ ਨੇ, ਮੈਸੇਜ ਪਾਸ ਕੀਤੇ ਨੇ ਕਿ ਅੱਜ ਵੀ ਸਾਨੂੰ ਲੋੜ ਹੈ ਗੁਰੂ ਵਾਲੇ ਬਣਨ ਦੀ, ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ। ਪਤਾ ਨਹੀਂ ਗੁਰੂ ਦੀ ਇਸ ਫੌਜ ਨੂੰ, ਗੁਰੂ ਦੀ ਇਸ ਲਾਡਲੀ ਫੌਜ ਨੂੰ, ਖਾਲਸਾ ਅਕਾਲ ਪੁਰਖ ਕੀ ਫੌਜ ਕਦੋਂ ਲੋੜ ਪੈ ਜਾਣੀ ਧਰਮ ਵਾਸਤੇ, ਕਦੋਂ ਲੋੜ ਪੈ ਜਾਣੀ ਹੈ ਗੁਰਧਾਮਾਂ ਦੀ ਪਵਿੱਤਰਤਾ ਦੇ ਵਾਸਤੇ। ਇਹ ਤੇ ਸਾਕਾ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਈ ਹੈ ਖੇਡ। ਭਾਈ ਲਛਮਣ ਸਿੰਘ ਜੀ ਜੰਡਾ ਨਾਲ ਬੰਨ ਕੇ ਸਾੜੇ, ਗੋਲੀਆਂ ਦੇ ਨਿਸ਼ਾਨੇ, ਟਾਕੂਆਂ ਦੇ ਨਾਲ ਕੱਟੇ ਸਿੰਘ ਨਨਕਾਣਾ ਸਾਹਿਬ। ਇਹ ਤੇ ਚੜ੍ਹਦੀ ਆਈ ਹੈ ਖੇਡ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਉਹ ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸੁਆਏ ਹੋਏ। ਅੱਜ ਲੋੜ ਹੈ ਹਰ ਭੈਣਾਂ ਨੂੰ, ਵੀਰਾਂ ਨੂੰ, ਬਜ਼ੁਰਗਾਵਾਂ ਨੂੰ, ਗੁਰੂ ਪਿਆਰਿਓ, ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜੋ, ਗੁਰੂ ਦੀ ਲਾਡਲੀ ਫੌਜ ਬਣੋ, ਮਾਣ ਕਰੋ ਇਸ ਗੱਲ ਦੇ ਉੱਤੇ। ਅਸੀਂ ਕਲਗੀਆਂ ਵਾਲੇ ਦੇ ਲਾਲ ਹਾਂ, ਅਸੀਂ ਕਲਗੀਆਂ ਵਾਲੇ ਦੀ ਫੌਜ ਵਿੱਚ ਸ਼ਾਮਿਲ ਹੋਏ ਹਾਂ। ਆਜ਼ਾਦ ਹਿੰਦ ਫੌਜ ਬਣੀ ਸੀ ਨੇਤਾ ਜੀ ਸੁਭਾਸ਼ ਚੰਦਰ ਬੋਸ, ਯੋਧੇ ਮਾਣ ਕਰਦੇ ਸਨ। ਬੱਬਰ ਖਾਲਸਾ ਲਹਿਰ ਚੱਲੀ, ਗਦਰੀ ਬਾਬਿਆਂ ਦੀ ਲਹਿਰ ਚੱਲੀ, ਮਾਣ ਕਰਦੇ ਸਨ। ਉਦੋਂ ਅਸੀਂ ਇਸ ਲਹਿਰ ਦੇ ਇੱਕ ਮੈਂਬਰ ਬਣੇ ਹਾਂ, ਇੱਕ ਫੌਜੀ ਬਣੇ ਹਾਂ, ਇੱਕ ਸਿੰਘ ਬਣੇ ਹਾਂ। ਅਤੇ ਇਹ ਵੀ ਅੱਜ ਉਹ ਲਹਿਰਾਂ 'ਤੇ ਭਾਵੇਂ ਨਹੀਂ ਹੈ, ਪਰ ਫਿਰ ਵੀ ਪਤਾ ਨਹੀਂ ਕਦੋਂ ਲੋੜ ਪੈ ਜਾਣੀ ਹੈ ਸਿੱਖ ਦੇ ਸਿਰ ਦੀ। ਇਸ ਕਰਕੇ ਸਾਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਗੁਰੂ ਪਿਆਰਿਓ, ਗੁਰੂ ਸਾਹਿਬ ਜੀ ਨੇ ਸਾਡੇ ਸਿਰਾਂ ਉੱਤੇ, ਸਾਡੇ ਘਰਾਂ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਪੰਥ ਨੂੰ ਬਖਸ਼ੀ ਹੋਈ ਹੈ। ਨਿਸ਼ਾਨ ਝੂਲਤੇ ਰਹੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਇਹ ਦਿਹਾੜੇ ਜੋ ਚੱਲ ਰਹੇ ਨੇ, ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤਾਂ ਭਰੇ ਉਸ ਸ਼ਾਂਤ ਚਿੱਤ ਮੂਰਤੀ ਦੇ ਸਿਰ ਚੁਕਾਉਣ ਦੇ ਦਿਹਾੜੇ ਨੇ, ਉੱਥੇ ਨਾਲ ਬੇਸ਼ੱਕ ਅਸੀਂ ਹਰ ਸ਼ਹੀਦ ਨੂੰ ਯਾਦ ਕਰਦੇ ਹਾਂ, ਪਰ ਜੋ 1984 ਦੇ ਵਿੱਚ ਜੂਨ ਦੇ ਵਿੱਚ ਇਹ ਗੁਰਪੁਰਬ ਮਨਾਉਣ ਗਈਆਂ ਸੰਗਤਾਂ, ਯੋਧੇ, ਸਿਰਲੱਥ ਵੀਰ ਪਹਿਲਾਂ ਸ਼ਹੀਦ ਹੋਏ, ਅਸੀਂ ਸਾਰਿਆਂ ਨੂੰ ਸਿਰ ਚੁਕਾਉਂਦੇ ਹਾਂ ਇਹ ਉਹ ਦਿਨ ਨੇ ਯਾਦ ਕਰਨ ਦੇ। ਗੁਰੂ ਅੱਗੇ ਅਰਦਾਸ ਕਰੋ ਮਹਾਰਾਜ ਪੰਥ ਦੇ ਦਰਦੀਆਂ ਨੂੰ, ਸੇਵਾਦਾਰਾਂ ਨੂੰ, ਜਥੇਦਾਰਾਂ ਨੂੰ, ਹਰ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਸਾਹਿਬਾਨਾਂ ਨੂੰ, ਪ੍ਰਬੰਧਕ ਸਿੰਘ ਸਾਹਿਬਾਨਾਂ ਨੂੰ, ਸਾਰਿਆਂ ਨੂੰ ਸਮਤ ਬਖਸ਼ਣ, ਸੰਗਤਾਂ ਨੂੰ ਵੀ ਪਿਆਰ ਬਖਸ਼ਣ, ਹਿੰਮਤ ਬਖਸ਼ਣ। ਅਸੀਂ ਇੱਕ ਨਿਸ਼ਾਨ ਥੱਲੇ ਚੱਲੀਏ, ਅਸੀਂ ਇੱਕ ਪੰਥ ਦਾ, ਉਹ ਕਲਗੀਆਂ ਵਾਲੇ ਦੇ ਪੰਥ ਪੰਥਕ ਹੋਣ ਦਾ ਮਾਣ ਪ੍ਰਾਪਤ ਕਰੀਏ। ਆਪਣੇ ਆਪਣੇ ਝੰਡੇ ਛੱਡ ਕੇ, ਆਪਣੇ ਆਪਣੇ ਵੱਖਰੇ ਵੱਖਰੇ ਦਰਵਾਜ਼ੇ ਛੱਡ ਕੇ ਅਸੀਂ ਇੱਕ ਦਰ ਦੇ ਉੱਤੇ ਆਈਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਇੱਕ ਪੰਥ ਬਣ ਜਾਓ।
ਤੇ ਉਹੀ ਪੰਥ ਗੁਰੂ ਨੇ ਸਾਜਿਆ ਸੀ ਤੇ ਉਸ ਪੰਥ ਦੇ ਮੈਂਬਰ ਬਣ ਕੇ ਮਾਣ ਕਰੀਏ ਆਪਣੇ ਆਪਣੇ ਜੱਥਿਆਂ ਦੇ ਆਪਣੇ ਆਪਣਿਆਂ ਡੇਰਿਆਂ ਦੇ ਜੋ ਹੈ ਅਸੀਂ ਨਾ ਮਾਣ ਕਰੀਏ ਹਾਂ ਬਣ ਕੇ ਇਕੱਠੇ ਚੱਲੋ ਪ੍ਰਚਾਰ ਕਰਨ ਵਾਸਤੇ ਜੋ ਵੀ ਤੁਹਾਨੂੰ ਵਸੀਲਾ ਅਪਣਾਉਣਾ ਪੈਂਦਾ ਹੈ ਉਹੋ ਜਿਹਾ ਅਪਣਾਓ ਪਰ ਇਕੱਠ ਸਾਰੀ ਪੰਥ ਦਾ ਸਾਰੀ ਕੌਮ ਦਾ ਰਹੇ ਹਾਰਦਿਕ ਤੌਰ 'ਤੇ ਗੁਰੂ ਸਾਹਿਬ ਜੀ ਦਾ ਸ਼ੁਕਰ ਹੈ ਅਰਦਾਸ ਹੈ ਮਹਾਰਾਜ ਸਾਨੂੰ ਸਭ ਨੂੰ ਸਮਤ ਦਿਓ ਅਤੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਅਸੀਂ ਵਾਰ ਵਾਰ ਸਿਰ ਚੁਕਾਉਂਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਤਨ ਚਿਰਵਾਏ ਫਾਂਸੀ ਦੇ ਰੱਸਿਆਂ ਨੂੰ ਗਲ ਵਿੱਚ ਚੁੰਮ ਕੇ ਪਾਇਆ ਅਸੀਂ ਸਾਰਿਆਂ ਨੂੰ ਦਾਨੀਆਂ ਨੂੰ ਕੁਰਬਾਨੀਆਂ ਦੇਣ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਸਿਰ ਚੁਕਾਉਂਦੇ ਹਾਂ ਚੁੱਕਦਾ ਰਹੇ ਸਾਡਾ ਸਿਰ ਇਹ ਮਹਾਰਾਜ ਸਾਨੂੰ ਸਮਤ ਦੇਵੀ ਤੂੰ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਤੁਧ ਧਿਆਈ ਸਤਿਗੁਰ ਕਿਰਪਾ ਕਰਨੀ ਐਸੀ ਭੁੱਲਾਂ ਚੁੱਕਾਂ ਦੇਖੀ ਮੈਂ ਬਖਸ਼ਣੀ ਤੇ ਆਪਾਂ ਸਾਰੇ ਅਰਦਾਸ ਕਰਿਆ ਕਰੀਏ ਸੇ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਭੁੱਲ ਚੁੱਕ ਦੇਖੀ ਮੈਂ ਬਖਸ਼ਣੀ ਸਤਿਗੁਰੂ ਜੀ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਬੇਸ਼ੁਮਾਰ ਅਥਾ ਅਗੰਤ ਅਤੁਲੇ ਜਿਉਂ ਬੁਲਾਵੇ ਤਿਉਂ ਨਾਨਕ ਦਾਸ ਬੋਲੇ ਭੁੱਲ ਚੁੱਕ ਕੀ ਮੈਂ ਕਰਨੀ ਆਪਣੀ ਸੇਵਾ ਆਪ ਲੈਂਦੇ ਰਹਿਣਾ ਸਿਰ 'ਤੇ ਮੇਰ ਦਾ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।